ਅਸੀਂ ਮੌਜੂਦ ਹੈ ਸ਼੍ਰੀ ਅਨੰਦਪੁਰ ਸਾਹਿਬ ਸਟੀਟ ਲੋਕ ਸਭਾ ਸੀਟ ਦੇ ਹਲਕਾ ਵਿਧਾਨ ਸਭਾ ਨਵਾਂਸਰ ਵਿੱਚ ਨਰਾਓ ਦੇ, ਤੁਸੀਂ ਦੇਖੋ ਦੁਆਬਾ ਗਰੁੱਪ ਆਫ ਕਾਲਜ ਹੈਗਾ ਇੱਥੇ। ਇੱਥੇ ਜਿਹੜੇ ਕੱਲ੍ਹ ਇਲੈਕਸ਼ਨ ਹੋਈ ਹੈ ਉਹਨਾਂ ਦੇ ਜਿਹੜੇ ਉਮੀਦਵਾਰ ਉਹਨਾਂ ਦੇ ਜਿਹੜੇ EVM ਮਸ਼ੀਨ 'ਚ ਕਿਸਮਤ ਫੈਸਲੇ ਬੰਦ ਹੋ ਚੁੱਕਿਆ ਉਹ ਇੱਥੇ ਰੱਖੇ ਗਏ ਨੇ ਨਵਾਂਸਰ ਵਿਧਾਨ ਸਭਾ, ਬਲਾਚੌਰ ਵਿਧਾਨ ਸਭਾ, ਬੰਗਾ ਵਿਧਾਨ ਸਭਾ ਅਤੇ ਗੜਸ਼ੰਕਰ ਦੇ। ਸਾਡੀ ਪੁਲਿਸ ਮੌਜੂਦ ਹੈ ਮੌਕੇ 'ਤੇ, ਸੁਰੱਖਿਆ ਕਰ ਰਹੇ ਨੇ ਇੱਥੇ। ਆਪਾਂ ਉਹਨਾਂ ਨੂੰ ਪੁੱਛਦੇ ਉਹ ਕੀ ਕਹਿਣਾ ਚਾਹੀਦਾ? ਜਗਜੀਤ ਸਿੰਘ ਜੀ ਕੀ ਹਾਲ ਚਾਲ? ਹਾਂਜੀ, ਸਤਿ ਸ਼੍ਰੀ ਅਕਾਲ ਜੈ ਹਿੰਦ ਜੀ। ਅੱਛਾ, ਕਿੱਦਾਂ ਦਾ ਪੁੱਤੀ ਸੁਰੱਖਿਆ ਕਰ ਰਹੇ ਹੋ ਇੱਥੇ ਜਿਹੜੇ EVM ਮਸ਼ੀਨ ਲੱਗੀ ਰੱਖੀ ਇੱਥੇ? ਮੈਂ ਜਿਹੜੇ EVM ਦੇ ਹੈਗੇ ਆ ਸੁਰੱਖਿਆ ਪ੍ਰਬੰਧ ਨੇ ਬੜੇ ਪੁਖਤਾ ਪ੍ਰਬੰਧ ਨੇ ਜੀ। ਇਹਦੇ ਵਿੱਚ ਤਿੰਨ ਲੇਅਰ ਦੇ ਵਿੱਚ ਜਿਹੜੀ ਸਿਕਿਉਰਿਟੀ ਲਾਈ ਹੋਈ ਹੈ, ਪੈਰਾਮਿਲਟਰੀ ਫੋਰਸ ਹੈ, BSF ਹੈ ਅਤੇ ਜ਼ਿਲ੍ਹਾ ਪੁਲਿਸ ਅਤੇ ਆਰਮੀ ਪੁਲਿਸ ਹੈ। ਕਿਹੜੇ ਕਿਹੜੇ ਵਿਧਾਨ ਸਭਾ ਜੀ ਇੱਥੇ ਰੱਖੀ? ਵਿਧਾਨ ਸਭਾ ਜੀ ਇੱਥੇ ਆਪਣਾ ਜੀ ਗੜਸ਼ੰਕਰ, ਬਲਾਚੌਰ, ਬੰਗਿਆਂ ਅਤੇ ਰਾਹੋਂ। ਅਧਿਕਾਰੀ ਵੀ ਕੋਈ ਆ ਰਹੇ ਇੱਥੇ? ਹਾਂਜੀ, ਅਧਿਕਾਰੀ ਵੀ ਚੈੱਕ ਕਰਨ ਆ ਰਹੇ ਨੇ, ਪੈਰਾਮਿਲਟਰੀ ਫੋਰਸ ਦੇ ਅਧਿਕਾਰੀ ਆ ਰਹੇ ਨੇ, ਸਾਡੀ ਜ਼ਿਲ੍ਹਾ ਪੁਲਿਸ ਦੇ ਵੀ ਆ, ਆਰਮਡ ਪੁਲਿਸ ਦੇ ਵੀ ਆ ਰਹੇ। ਕੋਈ ਪਬਲਿਕ ਦੀ ਐਂਟਰੀ ਹੈਗੀ ਇੱਥੇ? ਪਬਲਿਕ ਦੀ ਕੋਈ ਐਂਟਰੀ ਨਹੀਂ। ਇਹ ਡਿਊਟੀ 24 ਘੰਟੇ ਦੀ ਪੁਲਿਸ ਕੀ ਹੈ ਕਿ ਲਗਾਤਾਰ ਬਦਲੀ ਵੀ ਹੋ ਰਹੀ ਇੱਥੇ? ਕੋਈ ਸ਼ਿਫਟਾਂ ਵਾਲੀ ਡਿਊਟੀ ਹੈ ਜੀ, 12 ਘੰਟੇ ਜੀ। ਕਿੰਨੇ ਸਟਾਫ ਨੇ ਮੌਕੇ 'ਤੇ ਗੇਟ 'ਤੇ, ਮੇਨ ਗੇਟ 'ਤੇ? ਗੇਟ 'ਤੇ ਸਾਡੀਆਂ ਟੋਟਲ ਗਾਰਦਾਂ ਬਾਹਰ 3-4 ਗਾਰਦਾਂ ਬਾਹਰ ਨੇ ਅਤੇ ਬਾਕੀ ਅੰਦਰ ਵੀ ਨੇ। ਆਊਟਰ ਸਾਈਡ ਵੀ ਪੁਲਿਸ ਲੱਗੀ ਹੋਈ ਹੈ? ਆਊਟਰ 'ਤੇ ਵੀ, ਇਨਰ ਵੀ ਲੱਗੀ ਹੋਈ ਜੀ, ਅਤੇ ਆਪਣਾ ਚਾਰਜ ਫੇਰੀ ਲੱਗੀ ਹੈ। ਚਲੋ, ਇਹ ਇਸ ਗੱਲ EVM ਮਸ਼ੀਨ ਖੁੱਲ੍ਹਣਗੇ ਕਦੋਂ? 4 ਤਾਰੀਖ ਨੂੰ? ਹਾਂ, ਜਦੋਂ ਗਿਣਤੀ ਹੋ ਗਈ ਜੀ ਉਹ ਜੀ ਮੇਬੀ 8 ਵਜੇ। ਹਾਂਜੀ ਜੀ, ਬਿਲਕੁਲ। ਤੁਸੀਂ ਦੇਖਿਆ ਕਿ ਜਗਜੀਤ ਸਿੰਘ ਜਿਹੜੇ ਇੰਚਾਰਜ ਨੇ ਇੱਥੇ, ਉਹਨਾਂ ਨੇ ਇਹ ਕਿਹਾ ਕਿ 3 ਲੇਅਰ ਪੁਲਿਸ ਲੱਗੀ ਔਰ ਨਵਾਂਸਰ ਵਿਧਾਨ ਸਭਾ, ਬਲਾਚੌਰ ਵਿਧਾਨ ਸਭਾ, ਬੰਗਾ ਵਿਧਾਨ ਸਭਾ ਅਤੇ ਗੜਸੰਗ ਵਿਧਾਨ ਸਭਾ ਜਿਹੜੇ EVM ਮਸ਼ੀਨ ਨੇ ਉਹ ਇਸ ਰੂਮ 'ਚ ਬੰਦ ਹੈ। ਸ਼ੈਲੇਸ਼ ਕੁਮਾਰ, ਨਿਊਜ਼ 18 ਪੰਜਾਬ, ਨਵਾਂਸ਼ਹਿਰ। ਅਸੀਂ ਮੌਜੂਦ ਹੈ ਸ਼੍ਰੀ ਅਨੰਦਪੁਰ ਸਾਹਿਬ ਸਟੀਟ ਲੋਕ ਸਭਾ ਸੀਟ ਦੇ ਹਲਕਾ ਵਿਧਾਨ ਸਭਾ ਨਵਾਂਸਰ ਵਿੱਚ ਨਰਾਓ ਦੇ, ਤੁਸੀਂ ਦੇਖੋ ਦੁਆਬਾ ਗਰੁੱਪ ਆਫ ਕਾਲਜ ਹੈਗਾ ਇੱਥੇ। ਇੱਥੇ ਜਿਹੜੇ ਕੱਲ੍ਹ ਇਲੈਕਸ਼ਨ ਹੋਈ ਹੈ ਉਹਨਾਂ ਦੇ ਜਿਹੜੇ ਉਮੀਦਵਾਰ ਉਹਨਾਂ ਦੇ ਜਿਹੜੇ EVM ਮਸ਼ੀਨ 'ਚ ਕਿਸਮਤ ਫੈਸਲੇ ਬੰਦ ਹੋ ਚੁੱਕਿਆ ਉਹ ਇੱਥੇ ਰੱਖੇ ਗਏ ਨੇ ਨਵਾਂਸਰ ਵਿਧਾਨ ਸਭਾ, ਬਲਾਚੌਰ ਵਿਧਾਨ ਸਭਾ, ਬੰਗਾ ਵਿਧਾਨ ਸਭਾ ਅਤੇ ਗੜਸ਼ੰਕਰ ਦੇ। ਸਾਡੀ ਪੁਲਿਸ ਮੌਜੂਦ ਹੈ ਮੌਕੇ 'ਤੇ, ਸੁਰੱਖਿਆ ਕਰ ਰਹੇ ਨੇ ਇੱਥੇ। ਆਪਾਂ ਉਹਨਾਂ ਨੂੰ ਪੁੱਛਦੇ ਉਹ ਕੀ ਕਹਿਣਾ ਚਾਹੀਦਾ? ਜਗਜੀਤ ਸਿੰਘ ਜੀ ਕੀ ਹਾਲ ਚਾਲ? ਹਾਂਜੀ, ਸਤਿ ਸ਼੍ਰੀ ਅਕਾਲ ਜੈ ਹਿੰਦ ਜੀ। ਅੱਛਾ, ਕਿੱਦਾਂ ਦਾ ਪੁੱਤੀ ਸੁਰੱਖਿਆ ਕਰ ਰਹੇ ਹੋ ਇੱਥੇ ਜਿਹੜੇ EVM ਮਸ਼ੀਨ ਲੱਗੀ ਰੱਖੀ ਇੱਥੇ? ਮੈਂ ਜਿਹੜੇ EVM ਦੇ ਹੈਗੇ ਆ ਸੁਰੱਖਿਆ ਪ੍ਰਬੰਧ ਨੇ ਬੜੇ ਪੁਖਤਾ ਪ੍ਰਬੰਧ ਨੇ ਜੀ। ਇਹਦੇ ਵਿੱਚ ਤਿੰਨ ਲੇਅਰ ਦੇ ਵਿੱਚ ਜਿਹੜੀ ਸਿਕਿਉਰਿਟੀ ਲਾਈ ਹੋਈ ਹੈ, ਪੈਰਾਮਿਲਟਰੀ ਫੋਰਸ ਹੈ, BSF ਹੈ ਅਤੇ ਜ਼ਿਲ੍ਹਾ ਪੁਲਿਸ ਅਤੇ ਆਰਮੀ ਪੁਲਿਸ ਹੈ। ਕਿਹੜੇ ਕਿਹੜੇ ਵਿਧਾਨ ਸਭਾ ਜੀ ਇੱਥੇ ਰੱਖੀ? ਵਿਧਾਨ ਸਭਾ ਜੀ ਇੱਥੇ ਆਪਣਾ ਜੀ ਗੜਸ਼ੰਕਰ, ਬਲਾਚੌਰ, ਬੰਗਿਆਂ ਅਤੇ ਰਾਹੋਂ। ਅਧਿਕਾਰੀ ਵੀ ਕੋਈ ਆ ਰਹੇ ਇੱਥੇ? ਹਾਂਜੀ, ਅਧਿਕਾਰੀ ਵੀ ਚੈੱਕ ਕਰਨ ਆ ਰਹੇ ਨੇ, ਪੈਰਾਮਿਲਟਰੀ ਫੋਰਸ ਦੇ ਅਧਿਕਾਰੀ ਆ ਰਹੇ ਨੇ, ਸਾਡੀ ਜ਼ਿਲ੍ਹਾ ਪੁਲਿਸ ਦੇ ਵੀ ਆ, ਆਰਮਡ ਪੁਲਿਸ ਦੇ ਵੀ ਆ ਰਹੇ। ਕੋਈ ਪਬਲਿਕ ਦੀ ਐਂਟਰੀ ਹੈਗੀ ਇੱਥੇ? ਪਬਲਿਕ ਦੀ ਕੋਈ ਐਂਟਰੀ ਨਹੀਂ। ਇਹ ਡਿਊਟੀ 24 ਘੰਟੇ ਦੀ ਪੁਲਿਸ ਕੀ ਹੈ ਕਿ ਲਗਾਤਾਰ ਬਦਲੀ ਵੀ ਹੋ ਰਹੀ ਇੱਥੇ? ਕੋਈ ਸ਼ਿਫਟਾਂ ਵਾਲੀ ਡਿਊਟੀ ਹੈ ਜੀ, 12 ਘੰਟੇ ਜੀ। ਕਿੰਨੇ ਸਟਾਫ ਨੇ ਮੌਕੇ 'ਤੇ ਗੇਟ 'ਤੇ, ਮੇਨ ਗੇਟ 'ਤੇ? ਗੇਟ 'ਤੇ ਸਾਡੀਆਂ ਟੋਟਲ ਗਾਰਦਾਂ ਬਾਹਰ 3-4 ਗਾਰਦਾਂ ਬਾਹਰ ਨੇ ਅਤੇ ਬਾਕੀ ਅੰਦਰ ਵੀ ਨੇ। ਆਊਟਰ ਸਾਈਡ ਵੀ ਪੁਲਿਸ ਲੱਗੀ ਹੋਈ ਹੈ? ਆਊਟਰ 'ਤੇ ਵੀ, ਇਨਰ ਵੀ ਲੱਗੀ ਹੋਈ ਜੀ, ਅਤੇ ਆਪਣਾ ਚਾਰਜ ਫੇਰੀ ਲੱਗੀ ਹੈ। ਚਲੋ, ਇਹ ਇਸ ਗੱਲ EVM ਮਸ਼ੀਨ ਖੁੱਲ੍ਹਣਗੇ ਕਦੋਂ? 4 ਤਾਰੀਖ ਨੂੰ? ਹਾਂ, ਜਦੋਂ ਗਿਣਤੀ ਹੋ ਗਈ ਜੀ ਉਹ ਜੀ ਮੇਬੀ 8 ਵਜੇ। ਹਾਂਜੀ ਜੀ, ਬਿਲਕੁਲ। ਤੁਸੀਂ ਦੇਖਿਆ ਕਿ ਜਗਜੀਤ ਸਿੰਘ ਜਿਹੜੇ ਇੰਚਾਰਜ ਨੇ ਇੱਥੇ, ਉਹਨਾਂ ਨੇ ਇਹ ਕਿਹਾ ਕਿ 3 ਲੇਅਰ ਪੁਲਿਸ ਲੱਗੀ ਔਰ ਨਵਾਂਸਰ ਵਿਧਾਨ ਸਭਾ, ਬਲਾਚੌਰ ਵਿਧਾਨ ਸਭਾ, ਬੰਗਾ ਵਿਧਾਨ ਸਭਾ ਅਤੇ ਗੜਸੰਗ ਵਿਧਾਨ ਸਭਾ ਜਿਹੜੇ EVM ਮਸ਼ੀਨ ਨੇ ਉਹ ਇਸ ਰੂਮ 'ਚ ਬੰਦ ਹੈ। ਸ਼ੈਲੇਸ਼ ਕੁਮਾਰ, ਨਿਊਜ਼ 18 ਪੰਜਾਬ, ਨਵਾਂਸ਼ਹਿਰ।